ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ ਸਵਾਗਤ ਕੀਤਾ ਜਾਂਦਾ ਹੈ ਤੁਹਾਡਾ ਤੁਹਾਡੇ ਆਪਣੀ YouTube ਚੈਨਲ ਪਰਿੰਦਰ ਐਜੂਕੇਸ਼ਨ ਵਿੱਚ ਅੱਜ ਅਸੀਂ ਸਿਕਸ ਦੇ ਮਹੱਤਵਪੂਰਨ ਟੌਪਿਕ ਪ੍ਰਾਈਮ ਮਿਨਿਸਟਰ ਜਾਣੀ ਕਿ ਪ੍ਰਧਾਨ ਮੰਤਰੀ ਬਾਰੇ ਪੜ੍ਹਾਂਗੇ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਇਸ ਟੌਪਿਕ ਵਿੱਚੋਂ ਆਉਣ ਵਾਲੇ ਪ੍ਰਸ਼ਨ ਜੋ ਐਗਜ਼ਾਮ ਵਿੱਚ ਪੁੱਛੇ ਜਾ ਸਕਦੇ ਨੇ ਉਹਨਾਂ ਨੂੰ ਆਸਾਨੀ ਨਾਲ ਸੋਲਵ ਕਰ ਲਵੋਗੇ ਤਾਂ ਵੀਡੀਓ ਸ਼ੁਰੂ ਕਰਦੇ ਹਾਂਗੇ ਭਾਰਤ ਦੇ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਲਾਗੂ ਕੀਤੀ ਗਈ ਹੈਗੀ ਤੇ ਇਹ ਜਿਹੜੀ ਸੰਸਦੀ ਸ਼ਾਸਨ ਪ੍ਰਣਾਲੀ ਆ ਇਹਦੇ ਵਿੱਚ ਕਾਰਜਪਾਲਿਕਾ ਦੋ ਤਰ੍ਹਾਂ ਦੀ ਹੁੰਦੀ ਹੈਗੀ ਪਹਿਲੀ ਹੈਗੀ ਆ ਨਾਮਾਤਰ ਦੀ ਕਾਰਜਪਾਲਿਕਾ ਤੇ ਦੂਸਰੀ ਹੈਗੀ ਆ ਅਸਲੀ ਕਾਰਜਪਾਲਿਕਾ ਭਾਰਤ ਦੇ ਵਿੱਚ ਨਾਮਾਤਰ ਦੀ ਕਾਰਜਪਾਲਿਕਾ ਰਾਸ਼ਟਰਪਤੀ ਆ ਮਤਲਬ ਕਿ ਭਾਰਤ ਦਾ ਜਿਹੜਾ ਪੂਰਾ ਸ਼ਾਸਨ ਹੈਗਾ ਉਹ ਰਾਸ਼ਟਰਪਤੀ ਦੇ ਨਾਂ ਤੇ ਚਲਾਇਆ ਜਾਂਦਾ ਹੈਗਾ ਪਰ ਅਸਲੀ ਸ਼ਕਤੀਆਂ ਦੀ ਵਰਤੋਂ ਪ੍ਰਧਾਨ ਮੰਤਰੀ ਕਰਦਾਗਾ ਜਿਹਨੂੰ ਅਸੀਂ ਅਸਲੀ ਕਾਰਜਪਾਲਿਕਾ ਬੋਲਦੇ ਹਾਂਗੇ ਇਸ ਟਾਪਿਕ ਦੇ ਵਿੱਚ ਤੁਸੀਂ ਦੋ ਆਰਟੀਕਲ ਯਾਦ ਰੱਖਣੇ ਨੇਗੇ ਪਹਿਲਾ ਆਰਟੀਕਲ ਹੈਗਾਗਾ ਆਰਟੀਕਲ 74 ਜਿਹੜਾ ਕਿ ਮੰਤਰੀ ਪ੍ਰੀਸ਼ਦ ਦੇ ਗਠਨ ਨਾਲ ਸੰਬੰਧਿਤ ਆਗਾ ਮੰਤਰੀ ਪ੍ਰੀਸ਼ਾ ਜਿਹੜਾ ਗਠਨ ਹੈਗਾ ਉਹ ਰਾਸ਼ਟਰਪਤੀ ਦੁਆਰਾ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਕੀਤਾ ਜਾਂਦਾਗਾ ਤੇ ਦੂਸਰਾ ਆਰਟੀਕਲ ਹੈਗਾਗਾ ਆਰਟੀਕਲ 75 ਜਿਹੜਾ ਕਿ ਪ੍ਰਧਾਨ ਮੰਤਰੀ ਨਾਲ ਸੰਬੰਧਿਤ ਆਗਾ ਅੱਗੇ ਆਪਾਂ ਪ੍ਰਧਾਨ ਮੰਤਰੀ ਦੀ ਨਿਯੁਕਤੀ ਦੀ ਗੱਲ ਕਰਦੇ ਆਂਗੇ ਪ੍ਰਧਾਨ ਮੰਤਰੀ ਦੀ ਨਿਯੁਕਤੀ ਜਿਹੜੀ ਉਹ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਆਗੀ ਪਰ ਰਾਸ਼ਟਰਪਤੀ ਆ ਜਿਹੜਾ ਉਹ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰਨ ਸਮੇ ਆਪਣੀ ਇੱਛਾ ਦੀ ਵਰਤੋਂ ਨਹੀਂ ਕਰ ਸਕਦਾ ਰਾਸ਼ਟਰਪਤੀ ਲੋਕ ਸਭਾ ਦੇ ਵਿੱਚ ਬਹੁਮਤ ਦਲ ਦੇ ਨੇਤਾ ਨੂੰ ਹੀ ਪ੍ਰਧਾਨ ਮੰਤਰੀ ਨਿਯੁਕਤ ਕਰਦਾਗਾ ਜਿਹੜਾ ਪ੍ਰਧਾਨ ਮੰਤਰੀ ਆਗਾ ਉਹ ਸੰਸਦ ਦੇ ਦੋਹਾਂ ਸਦਨਾਂ ਦੇ ਵਿੱਚੋਂ ਨਿਯੁਕਤ ਕੀਤਾ ਜਾ ਸਕਦਾਗਾ ਮਤਲਬ ਕਿ ਪ੍ਰਧਾਨ ਮੰਤਰੀ ਸੰਸਦ ਦੇ ਲੋਕ ਸਭਾ ਜਾਂ ਰਾਜ ਸਭਾ ਕਿਸੇ ਵੀ ਸਦਨ ਦਾ ਮੈਂਬਰ ਹੋ ਸਕਦਾਗਾ ਪਰ ਜੇਕਰ ਕੋਈ ਅਜੇਹਾ ਵਿਅਕਤੀ ਪ੍ਰਧਾਨ ਮੰਤਰੀ ਬਣਦਾਗਾ ਜਿਹੜਾ ਕਿ ਸੰਸਦ ਦੇ ਕਿਸੇ ਵੀ ਸਦਨ ਦਾ ਮੈਂਬਰ ਨਹੀਂ ਹੈਗਾ ਤਾਂ ਉਹਨੂੰ 6 ਮਹੀਨਿਆਂ ਦੇ ਅੰਦਰ ਅੰਦਰ ਸੰਸਦ ਦੇ ਕਿਸੇ ਵੀ ਸਦਨ ਦਾ ਮੈਂਬਰ ਬਣਨਾ ਜ਼ਰੂਰੀ ਹੈਗਾ ਅੱਗੇ ਪ੍ਰਧਾਨ ਮੰਤਰੀ ਬਣਨ ਲਈ ਉਮਰ ਸੀਮਾ ਦੀ ਗੱਲ ਕਰਦੇ ਆਂਗੇ ਪ੍ਰਧਾਨ ਮੰਤਰੀ ਬਣਨ ਲਈ ਘੱਟੋ ਘੱਟ 25 ਸਾਲ ਜਿਹੜੀ ਉਮਰ ਆ ਗਈ ਉਹ ਹੋਣੀ ਚਾਹੀਦੀ ਹੈਗੀ ਤੇ ਜੇਕਰ ਪ੍ਰਧਾਨ ਮੰਤਰੀ ਰਾਜ ਸਭਾ ਦੇ ਵਿੱਚੋਂ ਬਣਦਾਗਾ ਤਾਂ ਘੱਟੋ ਘੱਟ ਜਿਹੜੀ ਉਮਰ ਆ ਗਈ ਉਹ 30 ਸਾਲ ਹੋਣੀ ਜ਼ਰੂਰੀ ਹੈਗੀ ਕਿਉਂਕਿ ਰਾਜ ਸਭਾ ਦਾ ਮੈਂਬਰ ਬਣਨ ਲਈ ਜਿਹੜੀ ਉਮਰ ਸੀਮਾ ਗਈ ਉਹ ਘੱਟੋ ਘੱਟ 30 ਸਾਲ ਨਿਸ਼ਚਿਤ ਕੀਤੀ ਗਈ ਹੈਗੀ ਤੇ ਪ੍ਰਧਾਨ ਮੰਤਰੀ ਬਣਨ ਲਈ ਵੱਧ ਤੋਂ ਵੱਧ ਉਮਰ ਸੀਮਾ ਕਿੰਨੀ ਹੋ ਸਕਦੀ ਹੈਗੀ ਤਾਂ ਇਹਦੀ ਕੋਈ ਸੀਮਾ ਨਿਸ਼ਚਿਤ ਨਹੀਂ ਕੀਤੀ ਗਈ ਹੈਗੀ ਮਤਲਬ ਕਿ ਕਿੰਨੀ ਉਮਰ ਤੋਂ ਬਾਅਦ ਪ੍ਰਧਾਨ ਮੰਤਰੀ ਨਹੀਂ ਬਣਿਆ ਜਾ ਸਕਦਾ ਇਹਦੀ ਕੋਈ ਸੀਮਾ ਨਿਸ਼ਚਿਤ ਨਹੀਂ ਕੀਤੀ ਗਈ ਇਸ ਤੋਂ ਇਲਾਵਾ ਇਹਦੀ ਵੀ ਕੋਈ ਸੀਮਾ ਨਹੀਂ ਹੈ ਕਿ ਇੱਕ ਵਿਅਕਤੀ ਜਿਹੜਾ ਉਹ ਕਿੰਨੀ ਵਾਰੀ ਪ੍ਰਧਾਨ ਮੰਤਰੀ ਬਣ ਸਕਦਾਗਾ ਅੱਗੇ ਹੈਗਾਗਾ ਪ੍ਰਧਾਨ ਮੰਤਰੀ ਦਾ ਕਾਰਜਕਾਲ ਪ੍ਰਧਾਨ ਮੰਤਰੀ ਆ ਜਿਹੜਾ ਉਹ 5 ਸਾਲ ਤੱਕ ਆਪਣੇ ਅਹੁਦੇ ਤੇ ਕਾਇਮ ਰਹਿੰਦਾਗਾ ਤੇ ਜੇਕਰ ਪ੍ਰਧਾਨ ਮੰਤਰੀ ਲੋਕ ਸਭਾ ਦੇ ਵਿੱਚ ਬਹੁਮਤ ਖੋ ਬੈਠਦਾਗਾ ਤਾਂ ਜਿਹੜਾ ਰਾਸ਼ਟਰਪਤੀ ਆ ਉਹ ਪ੍ਰਧਾਨ ਮੰਤਰੀ ਨੂੰ ਪਹਿਲਾਂ ਵੀ ਅਹੁਦੇ ਤੋਂ ਹਟਾ ਸਕਦਾਗਾ ਅੱਗੇ ਹੈਗਾਗਾ ਸੌਂ ਤੇ ਤਿਆਗ ਪੱਤਰ ਪ੍ਰਧਾਨ ਮੰਤਰੀ ਨੂੰ ਸੌਂ ਆ ਜਿਹੜੀ ਉਹ ਰਾਸ਼ਟਰਪਤੀ ਚੁਕਾਉਂਦਾਗਾ ਤੇ ਜਿਹੜਾ ਪ੍ਰਧਾਨ ਮੰਤਰੀ ਹੈਗਾ ਉਹ ਆਪਣਾ ਤਿਆਗ ਪੱਤਰ ਵੀ ਰਾਸ਼ਟਰਪਤੀ ਨੂੰ ਹੀ ਸੌਂਪਦਾਗਾ ਹੁਣ ਗੱਲ ਕਰਦੇ ਆਂਗੇ ਪ੍ਰਧਾਨ ਮੰਤਰੀ ਦੀਆਂ ਸ਼ਕਤੀਆਂ ਤੇ ਕਾਰਜ ਦੀ ਪਹਿਲਾ ਪੁਆਇੰਟ ਹੈਗਾਗਾ ਮੰਤਰੀ ਪ੍ਰੀਸ਼ਦ ਦਾ ਨਿਰਮਾਣ ਮੰਤਰੀ ਪ੍ਰੀਸ਼ਦ ਦੇ ਮੈਂਬਰਾਂ ਦੀ ਜਿਹੜੀ ਨਿਯੁਕਤੀ ਆਗੀ ਉਹ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਆਗੀ ਪਰ ਇਹ ਨਿਯੁਕਤੀਆਂ ਨੇ ਜਿਹੜੀਆਂ ਉਹ ਰਾਸ਼ਟਰਪਤੀ ਪ੍ਰਧਾਨ ਮੰਤਰੀ ਦੀ ਸਲਾਹ ਤੋਂ ਬਿਨਾ ਨਹੀਂ ਕਰ ਸਕਦਾ ਇਸ ਤਰ੍ਹਾਂ ਅਸੀਂ ਕਹਿ ਸਕਦੇ ਆਂ ਕਿ ਜਿਹੜਾ ਪ੍ਰਧਾਨ ਮੰਤਰੀ ਹੈਗਾ ਉਹ ਮੰਤਰੀ ਪ੍ਰੀਸ਼ਦ ਦਾ ਨਿਰਮਾਣ ਕਰਦਾਗਾ ਕਿਸੇ ਵੀ ਮੰਤਰੀ ਪਰਿਸ਼ਦ ਦੇ ਮੈਂਬਰ ਦੀ ਜਿਹੜੀ ਨਿਯੁਕਤੀ ਆ ਗਈ ਉਹ ਪ੍ਰਧਾਨ ਮੰਤਰੀ ਦੀ ਸਲਾਹ ਤੋਂ ਬਗੈਰ ਨਹੀਂ ਹੋ ਸਕਦੀ। ਦੂਸਰਾ ਪੁਆਇੰਟ ਹੈਗਾ ਮੰਤਰੀਆਂ ਦੇ ਰੁਤਬਿਆਂ ਦਾ ਫੈਸਲਾ। ਮੰਤਰੀ ਪਰਿਸ਼ਦ ਦੇ ਮੈਂਬਰਾਂ ਦੇ ਵਿੱਚੋਂ ਕਿਸ ਵਿਅਕਤੀ ਨੂੰ ਕੈਬਨਿਟ ਮੰਤਰੀ ਤੇ ਕਿਸ ਨੂੰ ਰਾਜ ਮੰਤਰੀ ਤੇ ਉਪ ਮੰਤਰੀ ਬਣਾਉਣਾਗਾ ਇਹਦਾ ਜਿਹੜਾ ਫੈਸਲਾਗਾ ਇਹ ਵੀ ਪ੍ਰਧਾਨ ਮੰਤਰੀ ਦੁਆਰਾ ਕੀਤਾ ਜਾਂਦਾਗਾ। ਤੀਸਰਾ ਪੁਆਇੰਟ ਹੈਗਾ ਵਿਭਾਗਾਂ ਦੀ ਵੰਡ। ਏ ਜਿਹੜੀ ਵੰਡ ਆ ਕੀ ਇਹ ਕੈਬਨਿਟ ਮੰਤਰੀਆਂ ਦੇ ਵਿੱਚ ਕੀਤੀ ਜਾਂਦੀ ਆਗੀ ਤੇ ਉਹਨਾਂ ਨੂੰ ਮਹੱਤਤਾਪੂਰਨ ਜਿਹੜੇ ਵਿਭਾਗ ਨੇ ਉਹ ਸੌਂਪੇ ਜਾਂਦੇ ਨੇਗੇ ਮਤਲਬ ਕਿ ਕਿਸੇ ਨੂੰ ਸੜਕ ਵਿਭਾਗ ਦਿੱਤਾ ਜਾਂਦਾਗਾ ਕਿਸੇ ਨੂੰ ਰੇਲਵੇ ਵਿਭਾਗ ਕਿਸੇ ਨੂੰ ਫੂਡ ਕਿਸੇ ਨੂੰ ਐਜੂਕੇਸ਼ਨ ਤੇ ਇਸ ਤਰ੍ਹਾਂ ਜਿਹੜਾ ਪ੍ਰਧਾਨ ਮੰਤਰੀ ਹੈਗਾ ਉਹ ਕੈਬਨਿਟ ਮੰਤਰੀਆਂ ਦੇ ਵਿੱਚ ਕਰ ਵਿਭਾਗਾ ਦੀ ਵੰਡ ਕਰਦਾਗਾ ਤੇ ਕੈਬਨਿਟ ਮੰਤਰੀਆਂ ਦੀ ਸਹਾਇਤਾ ਦੇ ਲਈ ਰਾਜ ਮੰਤਰੀ ਤੇ ਉਪ ਮੰਤਰੀ ਹੁੰਦੇ ਨੇਗੇ ਚੌਥਾ ਪੁਆਇੰਟ ਹੈਗਾਗਾ ਮੰਤਰੀ ਮੰਡਲ ਦੀਆਂ ਬੈਠਕਾਂ ਦੀ ਪ੍ਰਧਾਨਗੀ ਮੰਤਰੀ ਮੰਡਲ ਦੀ ਜਿਹੜੀ ਬੈਠਕਾਂ ਨੇਗੀਆਂ ਉਹਨਾਂ ਦੀ ਪ੍ਰਧਾਨਗੀ ਵੀ ਪ੍ਰਧਾਨ ਮੰਤਰੀ ਦੁਆਰਾ ਕੀਤੀ ਜਾਂਦੀ ਹੈਗੀ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਪ੍ਰਧਾਨ ਮੰਤਰੀ ਹੈਗਾ ਉਹ ਕੈਬਨਿਟ ਦਾ ਹੈੱਡ ਹੁੰਦਾਗਾ ਪੰਜਵਾਂ ਪੁਆਇੰਟ ਹੈਗਾਗਾ ਪ੍ਰਧਾਨ ਮੰਤਰੀ ਮੰਤਰੀ ਦੇ ਵਿਭਾਗਾਂ ਦੀ ਅਦਲਾ ਬਦਲੀ ਵੀ ਕਰ ਸਕਦਾਗਾ ਮਤਲਬ ਕਿ ਜਿਹੜਾ ਪ੍ਰਧਾਨ ਮੰਤਰੀ ਹੈਗਾ ਉਹ ਇੱਕ ਵਿਭਾਗ ਦੇ ਮੰਤਰੀ ਨੂੰ ਕੋਈ ਹੋਰ ਵਿਭਾਗ ਵੀ ਸੌਂਪ ਸਕਦਾਗਾ ਛੇਵਾਂ ਪੁਆਇੰਟ ਹੈਗਾਗਾ ਪ੍ਰਧਾਨ ਮੰਤਰੀ ਰਾਸ਼ਟਰਪਤੀ ਅਤੇ ਮੰਤਰੀ ਪ੍ਰੀਸ਼ਦ ਦੇ ਵਿਚਕਾਰ ਕੜੀ ਦਾ ਕੰਮ ਕਰਦਾ ਹੈ ਮਤਲਬ ਕਿ ਜੇਕਰ ਮੰਤਰੀ ਪ੍ਰੀਸ਼ਦ ਨੇ ਕੋਈ ਗੱਲ ਕਹਿਣੀ ਆਗੀ ਤਾਂ ਉਹ ਪਹਿਲਾਂ ਪ੍ਰਧਾਨ ਮੰਤਰੀ ਨੂੰ ਕਹਿਣਗੇ ਤੇ ਜਿਹੜਾ ਪ੍ਰਧਾਨ ਮੰਤਰੀ ਹੈਗਾ ਉਹ ਰਾਸ਼ਟਰਪਤੀ ਤੱਕ ਪਹੁੰਚਾਊਗਾ ਇਸ ਤਰ੍ਹਾਂ ਰਾਸ਼ਟਰਪਤੀ ਤੇ ਮੰਤਰੀ ਪ੍ਰੀਸ਼ਦ ਦੇ ਵਿਚਕਾਰ ਜਿਹੜਾ ਪ੍ਰਧਾਨ ਮੰਤਰੀ ਹੈਗਾ ਉਹ ਇੱਕ ਕੜੀ ਦਾ ਕੰਮ ਕਰਦਾਗਾ ਸਤਵਾਂ ਪੁਆਇੰਟ ਹੈਗਾਗਾ ਪ੍ਰਧਾਨ ਮੰਤਰੀ ਦੀ ਸਹਿਮਤੀ ਤੋਂ ਬਿਨਾ ਨਾ ਤਾਂ ਕੋਈ ਟੈਕਸ ਲਗਾਇਆ ਜਾ ਸਕਦਾਗਾ ਨਾ ਹੀ ਘਟਾਇਆ ਜਾ ਸਕਦਾ ਤੇ ਨਾ ਹੀ ਵਧਾਇਆ ਜਾ ਸਕਦਾਗਾ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਆ ਜਿਹੜਾ ਉਹ ਨੀਤੀ ਆਯੋਗ ਦਾ ਵੀ ਪ੍ਰਧਾਨ ਹੁੰਦਾਗਾ ਜਿਹੜਾ ਕਿ ਤੁਸੀਂ ਧਿਆਨ ਦੇ ਵਿੱਚ ਰੱਖਣਾਗਾ ਇਹ ਸੀਗਾ ਆਪਣਾ ਪੂਰਾ ਟੌਪਿਕ ਇਸ ਤੋਂ ਇਲਾਵਾ ਕੁਝ ਹੋਰ ਇੰਪੋਰਟੈਂਟ ਪ੍ਰਸ਼ਨ ਨੇਗੇ ਜਿਹੜੇ ਕਿ ਐਗਜ਼ਾਮ ਦੇ ਵਿੱਚ ਪੁੱਛੇ ਜਾ ਸਕਦੇ ਨੇਗੇ ਪਹਿਲਾ ਪ੍ਰਸ਼ਨ ਹੈਗਾਗਾ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਕੌਣ ਸਨ ਤਾਂ ਇਹਦਾ ਜਵਾਬ ਹੈਗਾਗਾ ਜਵਾਹਰ ਲਾਲ ਨਹਿਰੂ ਇਹਨਾਂ ਦਾ ਜਿਹੜਾ ਕਾਰਜਕਾਲ ਸੀਗਾ ਇਹ ਸਭ ਤੋਂ ਲੰਮਾ ਕਾਰਜਕਾਲ ਸੀਗਾ ਜਿਹੜਾ ਕਿ 16 ਸਾਲ 9 ਮਹੀਨੇ ਤੇ 12 ਦਿਨਾਂ ਦਾ ਸੀਗਾ ਪਰ ਐਗਜ਼ਾਮ ਦੇ ਵਿੱਚ ਲਗਭਗ ਤੁਹਾਨੂੰ 17 ਸਾਲ ਵੀ ਲਿਖਿਆ ਹੋਇਆ ਮਿਲ ਸਕਦਾਗਾ ਦੂਸਰਾ ਪ੍ਰਸ਼ਨ ਹੈਗਾਗਾ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਕੌਣ ਸੀ ਤਾਂ ਇਹਦਾ ਜਵਾਬ ਹੈਗਾਗਾ ਇੰਦਰਾ ਗਾਂਧੀ ਇੰਦਰਾ ਗਾਂਧੀ ਜਵਾਹਰ ਲਾਲ ਨਹਿਰੂ ਦੀ ਬੇਟੀ ਵੀ ਸੀਗੀ ਤੀਸਰਾ ਪ੍ਰਸ਼ਨ ਹੈਗਾਗਾ ਹੁਣ ਤੱਕ ਅਹੁਦੇ ਉੱਤੇ ਰਹਿੰਦੇ ਹੋਏ ਕਿੰਨੇ ਪ੍ਰਧਾਨ ਮੰਤਰੀਆਂ ਦੀ ਮੌਤ ਹੋਈ ਹੈ ਤਾਂ ਇਹਦਾ ਜਵਾਬ ਹੈਗਾਗਾ 3 ਤਾਂ ਉਹ ਕਿਹੜੇ-ਕਿਹੜੇ ਸੀਗੇ ਜਵਾਹਰ ਲਾਲ ਨਹਿਰੂ ਲਾਲ ਬਹਾਦਰ ਸ਼ਾਸਤਰੀ ਤੇ ਇੰਦਰਾ ਗਾਂਧੀ ਚੌਥਾ ਪ੍ਰਸ਼ਨ ਹੈਗਾਗਾ ਭਾਰਤ ਦੇ ਸਭ ਤੋਂ ਵੱਡੀ ਉਮਰ ਦੇ ਪ੍ਰਧਾਨ ਮੰਤਰੀ ਕੌਣ ਸੀ ਤਾਂ ਇਹਦਾ ਜਵਾਬ ਹੈਗਾਗਾ ਮੋਰਾਰਜੀ ਦੇਸਾਈ ਜੇ ਪ੍ਰਧਾਨ ਮੰਤਰੀ ਬਣਨ ਸਮੇ ਇਹਨਾਂ ਦੀ ਜਿਹੜੀ ਉਮਰ ਸੀਗੀ ਉਹ 81 ਸਾਲ ਦੀ ਸੀਗੀ। ਪੰਜਵਾਂ ਪ੍ਰਸ਼ਨ ਹੈਗਾਗਾ ਭਾਰਤ ਦਾ ਸਭ ਤੋਂ ਛੋਟੀ ਉਮਰ ਦਾ ਪ੍ਰਧਾਨ ਮੰਤਰੀ ਕੌਣ ਸੀ? ਤਾਂ ਇਹਦਾ ਜਵਾਬ ਹੈਗਾਗਾ ਰਾਜਜੀਵ ਗਾਂਧੀ ਤੇ ਪ੍ਰਧਾਨ ਮੰਤਰੀ ਬਣਨ ਸਮੇ ਇਹਨਾਂ ਦੀ ਉਮਰ 40 ਸਾਲ ਦੀ ਸੀਗੀ। ਛੇਵਾਂ ਪ੍ਰਸ਼ਨ ਕਿਸ ਪ੍ਰਧਾਨ ਮੰਤਰੀ ਜਿਸ ਨੇ ਸੰਸਦ ਦੇ ਕਿਸੇ ਵੀ ਸਦਨ ਵਿੱਚ ਭਾਗ ਲਏ ਬਿਨਾ ਆਪਣਾ ਤਿਆਗ ਪੱਤਰ ਦੇ ਦਿੱਤਾ ਸੀ? ਤਾਂ ਇਹਦਾ ਜਵਾਬ ਹੈਗਾਗਾ ਚੌਧਰੀ ਚਰਨ ਸਿੰਘ। ਸਤਵਾਂ ਪ੍ਰਸ਼ਨ ਅ విశ్వాਸ਼ ਪ੍ਰਸਤਾਵ ਦੇ ਦੁਆਰਾ ਹਟਾਏ ਗਏ ਪਹਿਲੇ ਪ੍ਰਧਾਨ ਮੰਤਰੀ ਕੌਣ ਸੀ ਤਾਂ ਇਹਦਾ ਜਵਾਬ ਹੈ ਗਾਗਾ ਵਿਸ਼ਵਨਾਥ ਪ੍ਰਤਾਪ ਸਿੰਘ ਤੇ ਇਹ ਤੁਹਾਨੂੰ অপਸ਼ਨਸ ਦੇ ਵਿੱਚ ਵੀ ਪੀ ਸਿੰਘ ਵੀ ਲਿਖਿਆ ਹੋਇਆ ਮਿਲ ਸਕਦਾਗਾ 8ਵਾਂ ਪ੍ਰਸ਼ਨ ਉਹ ਪ੍ਰਧਾਨ ਮੰਤਰੀ ਜੋ ਪ੍ਰਧਾਨ ਮੰਤਰੀ ਬਣਨ ਸਮੇ ਰਾਜ ਸਭਾ ਦੇ ਮੈਂਬਰ ਸੀਗੇ ਜ਼ਿਆਦਾਤਰ ਜਿਹੜੇ ਪ੍ਰਧਾਨ ਮੰਤਰੀ ਨੇਗੇ ਉਹ ਲੋਕ ਸਭਾ ਦੇ ਮੈਂਬਰ ਹੁੰਦੇ ਨੇਗੇ ਪਰ ਕੁਝ ਪ੍ਰਧਾਨ ਮੰਤਰੀ ਅਜਿਹੇ ਵੀ ਹੋਏ ਨੇ ਜਿਹੜੇ ਪ੍ਰਧਾਨ ਮੰਤਰੀ ਬਨਣ ਤੋਂ ਪਹਿਲਾਂ ਰਾਜ ਸਭਾ ਦੇ ਮੈਂਬਰ ਸੀਗੇ ਤਾਂ ਉਹ ਕਿਹੜੇ-ਕਿਹੜੇ ਸੀਗੇ ਆਪਾਂ ਉਹਨਾਂ ਦੇ ਨਾਮ ਦੇਖ ਲੈਣੇ ਆਂਗੇ ਪਹਿਲੇ ਹੈਗੇ ਆ ਇੰਦਰਾ ਗਾਂਧੀ ਦੂਸਰੇ ਹੈਗੇ ਆ ਇੰਦਰ ਕੁਮਾਰ ਗੁਜਰਾਲ ਤੀਸਰੇ ਹੈਗੇ ਆ ਐਚ ਡੀ ਦੇਵ ਗੋੜਾ ਤੇ ਚੌਥੇ ਹੈਗੇ ਆ ਡਾਕਟਰ ਮਨਮੋਨ ਸਿੰਘ ਨੌਵਾਂ ਪ੍ਰਸ਼ਨ ਪ੍ਰਧਾਨ ਮੰਤਰੀ ਦੇ ਅਹੁਦੇ ਉੱਤੇ ਸਭ ਤੋਂ ਘੱਟ ਸਮੇਂ ਕਿਹੜਾ ਪ੍ਰਧਾਨ ਮੰਤਰੀ ਰਿਹਾ ਸੀ ਤਾਂ ਇਹਦਾ ਜਵਾਬ ਹੈਗਾਗਾ ਅਟਲ ਬਿਹਾਰੀ ਬਾਜਪਾਈ ਤੇ ਇਹਨਾਂ ਦਾ ਜਿਹੜਾ ਕਾਰਜਕਾਲ ਸੀਗਾ ਸਿਰਫ 16 ਦਿਨਾਂ ਦਾ ਸੀਗਾ 10ਵਾਂ ਪ੍ਰਸ਼ਨ ਕਿਸ ਪ੍ਰਧਾਨ ਮੰਤਰੀ ਦਾ ਜਨਮ ਸੁਤੰਤਰਤਾ ਤੋਂ ਬਾਅਦ ਹੋਇਆ ਹੈ ਤਾਂ ਇਹਦਾ ਜਵਾਬ ਹੈਗਾਗਾ ਨਰਿੰਦਰ ਮੋਦੀ ਤੇ ਇਹਨਾਂ ਦਾ ਜਿਹੜਾ ਜਨਮ ਹੈਗਾ ਉਹ 1950 ਈਸਵੀ ਦੇ ਵਿੱਚ ਹੋਇਆ ਸੀਗਾ 11ਵਾਂ ਪ੍ਰਸ਼ਨ ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਕੌਣ ਸੀ ਤਾਂ ਇਹਦਾ ਜਵਾਬ ਹੈਗਾਗਾ ਸਰਦਾਰ ਵੱਲਭਾਈ ਪਟੇਲ ਹੁਣ ਆਪਾਂ ਮੰਤਰੀ ਪਰਿਸ਼ਦ ਦੀ ਗੱਲ ਕਰਦੇ ਆਂਗੇ ਸਭ ਤੋਂ ਪਹਿਲਾਂ ਆਪਾਂ ਮੰਤਰੀ ਪਰਿਸ਼ਦ ਦੇ ਮੈਂਬਰਾਂ ਦੀ ਨਿਯੁਕਤੀ ਨੂੰ ਦੇਖ ਲੈਣੇ ਆਗੇ ਮੰਤਰੀ ਪਰਿਸ਼ਦ ਦੇ ਮੈਂਬਰਾਂ ਦੀ ਜਿਹੜੀ ਨਿਯੁਕਤੀ ਆਗੀ ਉਹ ਰਾਸ਼ਟਰਪਤੀ ਕਰਦਾਗਾ ਪਰ ਇਹ ਜਿਹੜੀ ਨਿਯੁਕਤੀ ਆਗੀ ਇਹ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਕੀਤੀ ਜਾਂਦੀ ਹੈਗੀ ਅੱਗੇ ਹੈਗਾਗਾ ਸੌ ਤੇ ਤਿਆਗ ਪੱਤਰ ਮੰਤਰੀ ਪਰਿਸ਼ਦ ਦੇ ਮੈਂਬਰਾਂ ਨੂੰ ਸੌ ਰਾਸ਼ਟਰਪਤੀ ਚਕਾਉਂਦਾਗਾ ਤੇ ਜਿਹੜਾ ਮੰਤਰੀ ਪਰਿਸ਼ਦ ਦੇ ਮੈਂਬਰ ਨੇਗੇ ਉਹ ਆਪਣਾ ਤਿਆਗ ਪੱਤਰ ਵੀ ਰਾਸ਼ਟਰਪਤੀ ਨੂੰ ਹੀ ਦਿੰਦੇ ਨੇਗੇ ਮੰਤਰੀ ਪਰਿਸ਼ਦ ਦੇ ਵਿੱਚ ਨਾ ਤਿੰਨ ਤਰ੍ਹਾਂ ਦੇ ਜਿਹੜੇ ਮੰਤਰੀ ਨੇ ਉਹ ਸ਼ਾਮਿਲ ਹੁੰਦੇ ਨੇਗੇ ਪਹਿਲਾ ਹੈਗਾ ਕੈਬਨਟ ਮੰਤਰੀ ਇਹ ਉਹ ਮੰਤਰੀ ਹੁੰਦੇ ਨੇਗੇ ਜਿਨ੍ਹਾਂ ਨੂੰ ਮਹੱਤਵਪੂਰਨ ਜਿਹੜੇ ਵਿਭਾਗ ਨੇ ਉਹ ਸੌਂਪੇ ਜਾਂਦੇ ਨੇਗੇ ਜਿਵੇਂ ਕਿ ਰੇਲਵੇ ਵਿਭਾਗ ਹੋ ਗਿਆ ਰੱਖਿਆ ਵਿਭਾਗ ਹੋ ਗਿਆ ਵਿੱਤ ਵਿਭਾਗ ਹੋ ਗਿਆ ਇਸ ਤੋਂ ਇਲਾਵਾ ਫੂਡ ਹੋ ਗਿਆ ਐਜੂਕੇਸ਼ਨ ਹੋ ਗਿਆ ਫੋਰਨ ਹੋ ਗਿਆ ਐਕਸੈਟਰਾ ਦੂਸਰਾ ਹੈਗਾਗਾ ਰਾਜ ਮੰਤਰੀ ਤੇ ਤੀਸਰਾ ਹੈਗਾਗਾ ਉਪ ਮੰਤਰੀ ਰਾਜ ਮੰਤਰੀ ਤੇ ਜਿਹੜੇ ਉਪ ਮੰਤਰੀ ਹੁੰਦੇ ਨੇ ਉਹ ਕੈਬਨਿਟ ਮੰਤਰੀਆਂ ਦੀ ਸਹਾਇਤਾ ਕਰਦੇ ਨੇਗੇ ਅੱਗੇ ਗੱਲ ਕਰਦੇ ਹਾਂਗੇ ਮੰਤਰੀ ਪਰਿਸ਼ਦ ਦੇ ਮੈਂਬਰਾਂ ਦੀ ਸੰਖਿਆ ਦੀ 91 ਸੰਵਿਧਾਨਿਕ ਸੋਧ 2003 ਦੇ ਅਨੁਸਾਰ ਮੰਤਰੀ ਪਰਿਸ਼ਦ ਦੇ ਮੈਂਬਰਾਂ ਦੀ ਜਿਹੜੀ ਸੰਖਿਆ ਗਈ ਉਹ ਲੋਕ ਸਭਾ ਦੇ ਮੈਂਬਰਾਂ ਦੀ ਸੰਖਿਆ ਤੋਂ 15% ਜ਼ਿਆਦਾ ਨਹੀਂ ਹੋ ਸਕਦੀ ਤੇ ਜੇਕਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਵੇ ਤਾਂ ਜਿਹੜਾ ਮੰਤਰੀ ਪਰਿਸ਼ਦ ਦਾ ਉਹ ਸਮੂਹਿਕ ਰੂਪ ਦੇ ਵਿੱਚ ਲੋਕ ਸਭਾ ਪ੍ਰਤੀ ਉੱਤਰਦਾਈ ਹੁੰਦਾਗਾ ਤੇ ਵਿਅਕਤੀਗਤ ਰੂਪ ਦੇ ਵਿੱਚ ਰਾਸ਼ਟਰਪਤੀ ਪ੍ਰਤੀ ਉੱਤਰਦਾਈ ਹੁੰਦਾਗਾ ਹੁਣ ਆਪਾਂ ਮੰਤਰੀ ਪ੍ਰੀਸ਼ਦ ਤੇ ਮੰਤਰੀ ਮੰਡਲ ਵਿਚਲੇ ਅੰਤਰ ਨੂੰ ਸਮਝਦੇ ਹਾਂਗੇ ਸਭ ਤੋਂ ਪਹਿਲਾਂ ਆਪਾਂ ਮੰਤਰੀ ਪ੍ਰੀਸ਼ਦ ਦੀ ਗੱਲ ਕਰਦੇ ਹਾਂਗੇ ਮੰਤਰੀ ਪ੍ਰੀਸ਼ਦ ਜਿਹੜਾ ਪ੍ਰਧਾਨ ਹੈਗਾ ਉਹ ਪ੍ਰਧਾਨ ਮੰਤਰੀ ਹੁੰਦਾਗਾ ਤੇ ਮੰਤਰੀ ਪ੍ਰੀਸ਼ਦ ਦੇ ਵਿੱਚ ਤਿੰਨ ਤਰ੍ਹਾਂ ਦੇ ਜਿਹੜੇ ਮੰਤਰੀ ਨੇ ਉਹ ਸ਼ਾਮਿਲ ਹੁੰਦੇ ਨੇਗੇ ਪਹਿਲਾ ਹੈਗਾਗਾ ਕੈਬਨਿਟ ਮੰਤਰੀ ਦੂਸਰਾ ਹੈਗਾਗਾ ਰਾਜ ਮੰਤਰੀ ਤੇ ਤੀਸਰਾ ਹੈਗਾਗਾ ਉਪ ਮੰਤਰੀ ਤੇ ਤਿੰਨ ਤਰ੍ਹਾਂ ਦੇ ਮੰਤਰੀ ਸ਼ਾਮਿਲ ਹੋਣ ਕਰਕੇ ਮੰਤਰੀ ਪਰਿਸ਼ਦ ਜਿਹੜਾ ਆਕਾਰ ਹੈਗਾ ਉਹ ਵੱਡਾ ਹੁੰਦਾ ਹੈਗਾ ਹੁਣ ਗੱਲ ਕਰਦੇ ਆਂਗੇ ਮੰਤਰੀ ਮੰਡਲ ਦੀ ਮੰਤਰੀ ਮੰਡਲ ਦਾ ਪ੍ਰਧਾਨ ਵੀ ਪ੍ਰਧਾਨ ਮੰਤਰੀ ਹੀ ਹੁੰਦਾ ਹੈਗਾ ਪਰ ਮੰਤਰੀ ਮੰਡਲ ਦੇ ਵਿੱਚ ਇਕੱਲੇ ਤੌਰ ਤੇ ਜਿਹੜੇ ਕੈਬਨਿਟ ਮੰਤਰੀ ਨੇ ਉਹ ਹੀ ਸ਼ਾਮਿਲ ਹੁੰਦੇ ਨੇ ਜਿਸ ਕਰਕੇ ਮੰਤਰੀ ਮੰਡਲ ਦਾ ਜਿਹੜਾ ਆਕਾਰ ਆਗਾ ਉਹ ਮੰਤਰੀ ਪਰਿਸ਼ਦ ਦੇ ਨਾਲੋਂ ਛੋਟਾ ਹੁੰਦਾਗਾ ਇਦੇ ਨਾਲ ਹੀ ਆਪਣੀ ਜਿਹੜੀ ਅੱਜ ਦੀ ਵੀਡੀਓ ਆ ਗਈ ਉਹ ਸਮਾਪਤ ਹੁੰਦੀ ਹੈਗੀ ਇਹ ਸੀਗਾ ਆਪਣਾ ਇੰਪੋਰਟੈਂਟ ਟੌਪਿਕ ਪ੍ਰਧਾਨ ਮੰਤਰੀ ਜੇਕਰ ਤੁਹਾਨੂੰ ਇਸ ਟੌਪਿਕ ਦੇ ਐਮਸੀਕਿਊਜ਼ ਚਾਹੀਦੇ ਨੇਗੇ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋਗੇ ਉਸ ਤੇ ਵੀ ਵੀਡੀਓ ਬਣਾ ਦਿੱਤੀ ਜਾਵੇਗੀ ਤੇ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਤੁਸੀਂ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ